ਕੀ ਇਹ ਆਈ ਦਾ ਵੀ ਇੰਡੀਆ 'ਚ ਬੜਾ ਨਸ਼ਾ ਆਇਆ ਹੈ ਨਾ ਮੈਨੂੰ ਲੱਗਦਾ ਹੈ ਇੰਡੀਆ ਨਾਲੋਂ ਇੱਥੇ ਜ਼ਿਆਦਾ ਆ ਖੁੱਲ ਜਾਣਾ ਤਾਂ ਸੋਨੂੰ ਚਲੋ ਇੱਕ ਮੰਨ ਲਓ ਇੱਕ 18 ਸਾਲ ਦਾ ਮੁੰਡਾ ਜਿਹੜਾ ਨਸ਼ਾ ਕਰਨਾ ਉਹਨੇ 100 ਵਾਰੀ ਸੋਚਣਾ ਵੀ ਯਾਰ ਮੁਸ਼ਕਲ ਨਾ ਜੇ ਮੂੰਹ 'ਚੋਂ ਪਰਿਵਾਰ ਨੂੰ ਪਤਾ ਲੱਗ ਜੇ ਲਵਾਂ ਕਿੱਥੋਂ ਕਿੱਥੋਂ ਬਾਏ ਕਰਾਂ ਪੈਸੇ ਕਿੱਥੋਂ ਲਵਾਂ ਪੈਸਾ ਹਰ ਕੋਲੇ ਇੱਥੇ ਬਿਲਕੁਲ ਨਸ਼ਾ ਜਿਹੜਾ ਮਰਜ਼ੀ ਚੱਕ ਲੈ ਘਰ ਤੱਕ ਡਿਲੀਵਰੀ ਆ ਛੋਡੇ ਐਲਸੀ ਵੀ ਹੋ ਜਾਣਾ ਜਾਂ ਕਿਤੇ ਵੀ ਜਾਣਾ ਤੁਸੀਂ ਤੁਹਾਨੂੰ ਕੌਣ ਰੋਕੂਗਾ ਤੁਹਾਡੀ ਚਾਚੀ ਤਾਈ ਮਾਸੜ ਤੁਹਾਨੂੰ ਕੋਈ ਨਹੀਂ ਦੇਖ ਸਕਦਾ ਕਿੱਥੇ ਖਰਦਾ ਸਾਡਾ ਮ ਹਮ ਲੈ ਕੇ ਪੀਣੀ ਆ ਪੀਣੀ ਆ ਹਾਂ ਹੁਣ ਜਿਵੇਂ ਕੱਲ ਫੋਟੋ ਪਾਈ ਆ ਮੁੰਡੇ ਨੇ ਸ਼ੈਡਨ ਕਾਲਜ ਵਾਲੇ ਕੇ ਕਾਰਾਂ ਦੇ ਸ਼ਕੀਨ ਵਾਲੇ ਮੁੰਡੇ ਨੇ ਪਾਈ ਆ ਹਮ ਜਿੱਥੇ ਆਪਾਂ ਹੁਣੀ ਸਬਜੀ ਮੰਡੀ ਸ਼ੈਡਨ ਵਾਲੀ ਹਾਂਜੀ ਉੱਥੇ ਟੁੱਟ ਹੋਇਆ ਬੈਠਾ ਜਿੱਥੇ ਉਹ ਬੇਸਮੈਂਟ ਵਾਲੀ ਲੱਗੀ ਹੁੰਦੀ ਆ ਬੇਸਮੈਂਟ ਅੱਛਾ ਐ ਐ ਐ ਪਿਆ ਐ ਰੈਂ ਪਿਆ ਹਾਂ ਮਤਲਬ ਉਹ ਇੰਨਾ ਟੰਨਾ ਹਮ ਥੱਲੇ ਲੋਕ ਕਮੈਂਟ ਕਰੀਂਦੇ ਆ ਦੀ ਫੋਟੋ ਨਾ ਦਿਖਾਓ ਪਾਓ ਨਾ ਪਰਿਵਾਰ ਉੱਥੇ ਕਹਿੰਦਾ ਸਾਡਾ ਮੁੰਡਾ ਉੱਥੇ ਕੰਮ ਤੇ ਆ ਤੇ ਉਹ ਤਾਂ ਇੱਥੇ ਸੈੱਟ ਹੋਇਆ ਬੈਠਾ ਵੈਲਕਮ ਸੋ ਪੜਤਾਲ ਕਰ ਲੋ ਤੇ ਜਵਾਖਾਂ ਦੀ ਕਿੱਥੇ ਸਾਰਾ ਕੁਝ ਵੱਧੂ ਇੱਥੇ ਨਸ਼ੇ ਦੀ ਗੱਲ ਸੀਗੀ ਨਸ਼ਾ ਜਿੰਨਾ ਇੱਥੇ ਆ ਕਿਤੇ ਨਹੀਂ ਹੈਗਾ ਆਪਾਂ ਪੰਜਾਬ ਨੂੰ ਮੈਂ ਵੀ ਕਹਿੰਦਾ ਹੁੰਦਾ ਸੀ ਪਰ ਜਿੰਨਾ ਚਿਰ ਆਪਾਂ ਰਿਸਰਚ ਨਹੀਂ ਕਰਦੇ ਚੀਜ਼ਾਂ ਨੂੰ ਜਿੰਨਾ ਚਿਰ ਤੁਸੀਂ ਗਰਾਊਂਡ ਤੇ ਨਹੀਂ ਜਾਂਦੇ ਨਾ ਜਿਹੜੀਆਂ ਇੱਥੇ ਦਵਾਈਆਂ ਵਾਲੇ ਦੁਕਾਨਾਂ ਨੇ ਜਾਂ ਜਿਹੜੇ ਨਹਾਖੜਾਉ ਕੈਂਪ ਤੁਸੀਂ ਉੱਥੇ ਜਾ ਕੇ ਦੇਖੋ ਲੈਣਾ ਕਿੱਡੀਆਂ-ਕੱਡੀਆਂ ਨੇ ਘਰ ਵਾਲੀਆਂ ਨਾ ਸਾਨੂੰ ਮਿੰਤਾਂ ਕਰਦੀਆਂ ਵੀਰੇ ਸਾਡਾ ਘਰ ਵਾਲਾ ਨਸ਼ਾ ਕਰਦਾ ਸਾਨੂੰ ਛਡਾ ਦੇ ਹੂੰ ਉਗੀ ਜੇ ਨਾ ਮੈਂ ਵੀਡੀਓ ਪਾਈ ਸੀ ਇਥੋਂ ਦੀ ਕਿ ਐਦਾਂ ਦੀ ਵੀ ਆਰਗੇਨਾਈਜੇਸ਼ਨ ਆ ਜੋ ਅੰਦਰ ਖਾਤੇ ਕੰਮ ਕਰਦੀ ਹੈ ਨਸ਼ਾ ਛਡਾਉਂਦੀ ਆ ਹੂੰ ਹੂੰ ਨਸ਼ਾ ਕਿਵੇਂ ਛਡਾਉਂਦੀ ਆ ਉੱਥੇ ਸਾਰੇ ਟਾਪ ਦੇ ਨਸ਼ੇੜੀ ਆਉਂਦੇ ਆ ਉਹ ਆਪਦੀਆਂ ਕਹਾਣੀਆਂ ਦੱਸਦੇ ਆ ਇੱਕ ਦੂਜੇ ਨਾਲ ਸ਼ੇਅਰ ਕਰਦੇ ਆ ਉਹਦੇ ਨਾਲ ਬੰਦਾ ਇਨਸਪਾਇਰ ਹੋ ਕੇ ਨਸ਼ਾ ਛੱਡ ਦਿੰਦਾ ਹੂੰ